ਜੰਮੂ ਕਸ਼ਮੀਰ ਪ੍ਰਸ਼ਾਸਨ ਤੇ 에ਅਰਫੋਰਸ ਸਟੇਸ਼ਨ ਜੰਮੂ ਵੱਲੋਂ ਜੰਮੂ 에ਅਰਫੋਰਸ ਸਟੇਸ਼ਨ ਤੇ ਇੱਕ ਸ਼ਾਨਦਾਰ 에ਅਰ ਸ਼ੋਅ ਕਰਵਾਇਆ ਗਿਆ ਜੰਮੂ ਤੇ ਕਸ਼ਮੀਰ ਦੇ ਭਾਰਤ ਵਿੱਚ ਰਲੇਵੇਂ ਦੇ 76 ਸਾਲ ਬਾਅਦ 에ਅਰਫੋਰਸ ਸਟੇਸ਼ਨ ਜੰਮੂ ਦੀ ਡਾਇਮੰਡ ਜੁਬਲੀ ਮੌਕੇ ਇਹ 에ਅਰ ਸ਼ੋਅ ਕਰਵਾਇਆ ਗਿਆ ਸਮਾਗਮ ਦੌਰਾਨ ਜੰਮੂ ਕਸ਼ਮੀਰ ਦੇ ਲੈਫਟੀਨੈਂਟ ਗਵਰਨਰ ਮਨੋਜ ਸੇਨਾ ਮੁੱਖ ਮਹਿਮਾਨ ਦੇ ਤੌਰ ਤੇ ਸ਼ਾਮਲ ਹੋਏ ਭਾਰਤੀ ਹਵਾਈ ਸੈਨਾ ਦੀ ਸੂਰਿਆ ਕਿਰਨ ਅਰੋਬੈਟਿਕ ਟੀਮ ਨੇ ਸ਼ਾਨਦਾਰ ਹਵਾਈ ਕਰਤੱਬ ਪ੍ਰਦਰਸ਼ਿਤ ਕੀਤੇ ਇਸ ਤੋਂ ਇਲਾਵਾ ਆਕਾਸ਼ ਗੰਗਾ ਸਕਾਈ ਡਾਈਵਿੰਗ ਟੀਮ ਦੇ ਹੁਣ ਹਰ ਜਵਾਨਾ ਨੇ ਹਜ਼ਾਰਾਂ ਫੁੱਟ ਦੀ ਉਚਾਈ ਤੋਂ ਸਕਾਈ ਡਾਈਵਿੰਗ ਕਰਕੇ ਆਪਣੇ ਹੁਨਰ ਦਾ ਪ੍ਰਦਰਸ਼ਨ ਕੀਤਾ ਜੰਮੂ ਟੂਰਿਜ਼ਮ ਦੇ ਡਾਇਰੈਕਟਰ ਵਿਵੇਕਾਨੰਦ ਰਾਏ ਨੇ ਕਿਹਾ ਕਿ ਇਸ ਸਮਾਗਮ ਦਾ ਮੰਤਵ ਜੰਮੂ ਖੇਤਰ ਦੇ ਨੌਜਵਾਨਾਂ ਨੂੰ ਦੇਸ਼ ਦੇ ਸੁਰੱਖਿਆ ਦਸਤਿਆਂ ਪ੍ਰਤੀ ਜਾਗਰੂਕ ਕਰਨਾ ਸੀ ਉਹਨਾਂ ਨੇ ਕਿਹਾ ਕਿ ਅਸੀਂ ਆਜ਼ਾਦੀ ਦਾ ਅਮਰਿਤਕ ਮਨਾ ਰਹੇ ਆ ਇਸ ਸਰਸੇ ਦੌਰਾਨ ਕੀਤੇ ਜਾਣ ਵਾਲੇ ਅਜੇ ਸਮਾਗਮ ਆਮ ਲੋਕਾਂ ਵਿੱਚ ਦੇਸ਼ ਭਗਤੀ ਦਾ ਉਤਸ਼ਾਹ ਤੇ ਜਜ਼ਬਾ ਭਰਦੇ ਨੇ